ਜਿਹਦੇ ਤੋਂ ਚੂਲਾ ਨਹੀਂ ਚੱਲਦਾ ਮੇਰੇ ਬਾਪੂ ਤੋਂ ਬੈਠਿਆ ਨਹੀਂ ਜਾਂਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਕਰਾਂ ਦੀ ਕੋਈ ਐਸੀ ਬੈਂਚ ਰੱਖਣਾ ਕੋਈ ਕਿਤੇ ਤੋਹੀਨ ਹੁੰਦੀ ਹੋਵੇ ਵੀ ਆਰ ਵਿਦ ਮਿਸਟਰ ਚੰਨੀ देयर इज नो ਪ੍ਰੋਬਲਮ ਐਟ ਫਿਕ ਪਰਚਨਿਸ ਆਵਦੇ ਨਾਟ ਓਨਲੀ ਫॉर ਚੰਨੀ ਵੀ ਆਮ ਵਿਦ ਫॉर ਹਰ ਵਿਅਕਤੀ ਨਾਲ ਕਾਂਗਰਸੀ ਨਾਲ ਜਿੱਥੇ ਕੋਈ ਆਸ਼ੂ ਜੀ ਤੇ ਪਰਚਾ ਹੋਇਆ ਹੋਰ ਸਾਡੇ ਮੰਤਰੀਆਂ ਤੇ ਪਰਚਾ ਹੋਇਆ ਸੀ ਗਏ ਪੈਰਵਾਈ ਕੀਤੀ ਅਗਰ ਕੋਰਟ ਚੋਂ ਇਹ ਬਾਇਜਤ ਬਰੀ ਹੋ ਜਾਂਦੇ ਨੇ ਕੱਲ ਨੂੰ ਚਾਰजेस ਫ੍ਰੇਮ ਨਹੀਂ ਹੁੰਦੇ ਇਨਾਂ ਤੇ ਕਿ ਇਹ ਤਾਂ ਸਾਡੀ ਪਾਰਟੀ ਦੇ ਅਹੁਦੇਦਾਰ ਹੈ ਔਰ ਇਹ ਗੁਨੇਗਾਰ ਸਾਬਿਤ ਹੋ ਜਾਣੇ ਫਿਰ ਸਾਡਾ ਇਸ ਇਹਨਾਂ ਨਾਲ ਕੋਈ ਵਾਸਤਾ ਨਹੀਂ ਰਹੇਗਾ ਨਵਜੋਤ ਸਿੰਘ ਸਿੱਧੂ ਨਾ ਹੋ ਸਕਦਾ ਮੈਂ ਵੀ ਮਿਲਣ ਜਾਵਾਂ ਹੋ ਸਕਦਾ ਕੋਈ ਹੋਰ ਵਿਅਕਤੀ ਵੀ ਗੱਲਨ ਗਿਆ ਹੋਵੇ ਮਿਲਣ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦੇ ਨਾਲ ਕੋਈ ਧੜੇਬੰਦੀ ਨਹੀਂ ਹੋ ਸਕਦੀ ਭਾਰਤ ਜੋੜੋ ਯਾਤਰਾ ਦੇ ਨਾਲ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇੱਕ ਜਿਹੜਾ ਡਰ ਦਾ ਮਾਹੌਲ ਹੈ ਉਹ ਦੂਰ ਹੋਏਗਾ ਲੋਕ ਇਹ ਮਹਿਸੂਸ ਕਰਨਗੇ ਕਿ ਰਾਹੁਲ ਗਾਂਧੀ ਸਾਡੀ ਆਵਾਜ਼ ਬੁਲੰਦ ਕਰ ਰਹੇ ਤੁਸੀਂ ਤਿਆਰੀਆਂ ਕਰ ਰਹੇ ਹੋ ਭਾਰਤ ਜੋੜੋ ਯਾਤਰਾ ਦੀ ਪੰਜਾਬ ਵਾਸਤੇ ਇਸ ਯਾਤਰਾ ਦਾ ਭਾਰਤ ਜੁੜੀ ਯਾਤਰਾ ਦਾ ਕੀ ਮਹੱਤਵ ਹੈ ਇਟਸ ਨਾਟ ਅਬਾਊਟ ਓਨਲੀ ਪੰਜਾਬ ਪੰਜਾਬ ਵਾਸਤੇ ਕੀ ਮਹੱਤਵ ਹੈ ਵੈਸੇ ਇਹ ਯਾਤਰਾ ਇੱਕ ਮਗਰਲੇ ਪਾਸੇ ਇਤਿਹਾਸ ਛੱਡ ਰਹੀ ਹੈ ਸੋ ਤੁਸੀਂ ਦੇਖੋ ਕਿ ਆਫਟਰ ਡਾਂਡੀ ਯਾਤਰਾ ਮਹਾਤਮਾ ਗਾਂਧੀ ਜੀ ਤੋਂ ਬਾਅਦ ਕਿਸੇ ਬੰਦੇ ਨੇ ਉਹ ਵੀ ਇਸ ਲੈਵਲ ਦੇ ਬੰਦੇ ਨੇ ਇਹ ਪ੍ਰਯਾਸ ਕੀਤਾ ਕਿ ਮੈਂ ਲੋਕਾਂ ਦੀ ਲੜਾਈ ਲੜਾਂਗਾ ਔਰ ਇਹ ਕਾਂਗਰਸ ਦੀ ਯਾਤਰਾ ਨਹੀਂ ਹੈ ਇਹ ਇਟਸ ਅ ਡਿਫਰੈਂਟ ਕਨਸੈਪਟ ਉਹਦਾ ਅਜੰਡਾ ਵੱਖਰਾ ਹੈਗਾ ਰਾਹੁਲ ਗਾਂਧੀ ਸੋਚ ਰਿਹਾ ਕਿ ਅੱਜ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਦੇਸ਼ ਨੂੰ ਬਚਾਉਣ ਦੀ ਲੋੜ ਹੈ ਰਾਜਨੀਤਿਕ ਲੋਕ ਰਾਜਨੀਤਿਕ ਪਾਰਟੀਆਂ ਆਪਦਾ ਲਾਹਾ ਲੈਣ ਵਾਸਤੇ ਇਸ ਦੇਸ਼ ਨੂੰ ਭਾਈ ਨਾਲ ਭਾਈ ਲੜਾਤਾ ਹਿੰਦੂ ਨਾਲ ਮੁਸਲਮਾਨ ਪਰ ਆ ਲੜਾਤਾ ਸਿੱਖ ਨਾਲ ਹਿੰਦੂ ਭਰਾ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਸ ਵਿੱਚ ਸਾਡੀਆਂ ਭਾਈਚਾਰਕ ਸਾਂਝਾਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਰਤ ਜੋੜੋ ਯਾਤਰਾ ਦੇ ਨਾਲ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇੱਕ ਜਿਹੜਾ ਡਰ ਦਾ ਮਾਹੌਲ ਹੈ ਉਹ ਦੂਰ ਹੋਏਗਾ ਤੇ ਆਪਸ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਉਹ ਵਧੇਗੀ ਤੇ ਲੋਕ ਇਹ ਮਹਿਸੂਸ ਕਰਨਗੇ ਕਿ ਰਾਹੁਲ ਗਾਂਧੀ ਸਾਡੀ ਆਵਾਜ਼ ਬੁਲੰਦ ਕਰ ਰਹੇ ਲੋ ਐਂਡ ਆਰਡਰ ਨੂੰ ਕਿਵੇਂ ਅਸੈਸ ਕਰਦੇ ਹੋ ਜਿਹੜੀ ਅੱਜ ਪੰਜਾਬ ਦੀ ਲੋ ਐਂਡ ਆਰਡਰ ਸਥਿਤੀ ਬਣੀ ਹੋਈ ਹੈ ਉਹ ਯੂ ਸ਼ੁੱਡ ਨਾਟ ਆਸਕ ਮੀ ਕੀ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੈ ਯੂ ਕੈਨ ਆਸਕ ਲਾਅ ਐਂਡ ਆਰਡਰ ਦੀ ਸਥਿਤੀ ਕਿਸੇ ਵੀ ਤੁਰੇ ਜਾਂਦੇ ਰਾਸਤੇ 'ਚ ਕਿਸੇ ਵਿਅਕਤੀ ਨੂੰ ਪੁੱਛ ਲੋ ਰੇਡੀ ਵਾਲੇ ਨੂੰ ਪੁੱਛ ਲੋ ਆਟੋ ਰਿਕਸ਼ਾ ਵਾਲੇ ਨੂੰ ਪੁੱਛ ਲੋ ਪੰਜਾਬ ਦੇ ਹਾਲਾਤ ਖਰਾਬ ਨੇ ਪਿੰਡਾਂ ਦੇ ਵਿੱਚ ਗੈਂਗਸਟਰ ਵਾਰਦਾਤਾਂ ਬਹੁਤ ਵੱਧ ਚੁੱਕੀਆਂ ਨੇ ਪੰਜਾਬ ਦੇ ਵਿੱਚ ਲੋਕਾਂ ਤੋਂ ਫਰੋਥੀਆਂ ਮੰਗੀਆਂ ਜਾ ਰਹੀਆਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੋਕਾਂ ਦਾ ਕਤਲ ਕਰ ਦਿੱਤਾ ਜਾ ਰਿਹਾ ਸੋ ਇਹਦੇ ਤੇ ਵੀ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਤੁਸੀਂ ਇੱਕ ਚਿੱਠੀ ਲਿਖੀ ਸੀਗੀ ਡੀਜੀਪੀ ਨੂੰ ਅੰਮ੍ਰਿਤਪਾਲ ਦੇ ਰਿਗਾਰਡਿੰਗ ਉਹ ਕੀ ਐਗਜ਼ੈਕਟਲੀ ਮੰਮ ਸੋ ਆਈ ਡੋਨਟ ਵਾਂਟ ਟੂ ਟਾਕ ਅਬਾਊਟ ਐਨੀ ਪਾਰਟਿਕੂਲਰ ਐਨੀ ਬੀਟ ਪਰ ਤੁਸੀਂ ਮੰਗ ਕੀ ਕਰ ਰਹੇ ਹੋ ਪਰ ਮੈਂ ਨਹੀਂ ਹਰ ਵਿਅਕਤੀ ਦੀ ਪੰਜਾਬ ਚ ਤੁਸੀਂ ਦੇਖੋ ਤੁਹਾਡੇ ਸ਼ਹਿਰ ਚ ਬੰਦਾ ਕੋਈ ਰਹਿੰਦਾ ਆਂਟ ਜਗਵਾਂਡ ਚ ਰਹਿੰਦਾ ਔਰੀ ਉਹ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਵਾਟ ਇਜ਼ ਹੈਪਨਿੰਗ ਪੰਜਾਬ ਦੇ ਵਿੱਚ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਐਸੀ ਗੱਲ ਨਾ ਹੋ ਜਾਏ ਜਿਹਦੇ ਨਾਲ ਪੰਜਾਬ ਨੂੰ ਨੁਕਸਾਨ ਪਹੁੰਚੇ ਇਸ ਕਰਾਂ ਦੀ ਚਿੱਠੀ ਮੇਰੀ ਕਿਸੇ ਵਿਅਕਤੀ ਦੇ ਪ੍ਰਤੀ ਵੀ ਔਰ ਮੈਂ ਅਕਸਰ ਲਿਖਦਾ ਰਹਿੰਦਾ ਚਿੱਠੀ ਕੋਈ ਐਸੀ ਨਹੀਂ ਮੈਂ ਇਸ ਕਰਕੇ ਪੁੱਛ ਰਿਹਾ ਜੀ ਕਿਉਂਕਿ ਤੁਸੀਂ ਅੰਮ੍ਰਿਤਪਾਲ ਦੇ ਖਾਸ ਤੌਰ ਤੇ ਡੀਜੀਪੀ ਨੂੰ ਲੈਟਰ ਲਿਖਿਆ ਸੀਗਾ ਤੇ ਤੁਸੀਂ ਰੀਸੈਂਟ ਵੀਕਸ ਦੇ ਵਿੱਚ ਦੇਖਿਆ ਹੋਗਾ ਕਿ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਪੰਤੁਰ ਦੀ ਕਿਟੀ ਫਰਨੀਚਰ ਜਿਹੜਾ ਸੀਗਾ ਉਹਨਾਂ ਫਰਨੀਚਰ ਨੂੰ ਬੇਸਿਕਲੀ ਚੱਕਿਆ ਉੱਥੋਂ ਮੇਰੇ ਕਹਿਣ ਦਾ ਮਤਲਬ ਉਹ ਬਜ਼ੁਰਗਾਂ ਦੇ ਅਸਤੇ ਟੇਬਲਸ ਬੈਠਣਾ ਮੈਨੂੰ ਨਹੀਂ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਸੇ ਜੀਰਾ ਕੋਈ ਹੱਡ ਨਹੀਂ ਚੱਲਦਾ ਜੀਰਾ ਕੋਈ ਗੋਡਾ ਨਹੀਂ ਚੱਲਦਾ ਜਿਹਦੇ ਤੋਂ ਚੂਲਾ ਨਹੀਂ ਚੱਲਦਾ ਮੇਰੇ ਬਾਪੂ ਤੋਂ ਬੈਠਿਆ ਨਹੀਂ ਜਾਂਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਕਰਾਂ ਦੀ ਕੋਈ ਐਸੀ ਬੈਂਚ ਰੱਖਣਾ ਕੋਈ ਕਿਤੇ ਤੋਹੀਨ ਹੁੰਦੀ ਹੋਵੇ ਬਾਕੀ ਉਹਨਾਂ ਨੇ ਤੋੜੇ ਹਰ ਵਿਅਕਤੀ ਦੀ ਜ਼ਿੰਦਗੀ ਦਾ ਆਪਦਾ ਨਿਚੀ ਹੈ ਕੀ ਕਰਦੇ ਕੀ ਨਹੀਂ ਕਰਦੇ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਹੋ ਜੀ ਇਹ ਹੋਣਾ ਚਾਹੀਦਾ ਸੀ ਗਲਤ ਹੋਇਆ ਇਦਾਂ ਕਿਸੇ ਇਨਸਾਨ ਨੂੰ ਨਹੀਂ ਕਰਨਾ ਚਾਹੀਦਾ ਮੈਂ ਕਹਣਾ ਹੈ ਕਿ ਕੋਈ ਸਿੰਗਰ ਕੋਈ ਕਲਾਕਾਰ ਕੋਈ ਪੱਤਰਕਾਰ ਕੋਈ ਪੋਲਿਟਿਸ਼ੀਅਨ ਕੋਈ ਧਾਰਮਿਕ ਆ ਉਹ ਪਲੀਜ਼ ਜੇ ਪੰਜਾਬ ਦੀ ਅਗਰ ਪੰਜਾਬ ਦੀ ਆਬੂ ਆਬਾ ਨੂੰ ਖਤਰਾ ਬੰਦ ਹੈ ਕੋਈ ਵਿਅਕਤੀ ਤਾਂ ਉਹਦੇ ਤੇ ਨਜ਼ਰ ਰੱਖਣੀ ਚਾਹੀਦੀ ਹੈ ਐਂਡ ਸਰਕਾਰ ਨੂੰ ਉਹਨੂੰ ਚਾਹੀਦਾ ਹੈ ਬੁਲਾ ਕੇ ਉਹਨੂੰ ਦੱਸਣਾ ਚਾਹੀਦਾ ਕਿ ਇਹ ਇਹ ਕੰਮ ਤੁਸੀਂ ਨਹੀਂ ਕਰੋਗੇ। ਅਗਰ ਇਹ ਕੰਮ ਕਰੋਗੇ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਊਗੀ। ਕੀ ਗਵਰਨਮੈਂਟ ਆਪਣਾ ਕੰਮ ਕਰ ਰਹੀ ਹੈ? ਪੁਲਿਸ ਆਪਣਾ ਮੈਂ ਕਿ ਸਰਕਾਰ ਅਗਰ ਕੰਮ ਕਰਦੀ ਹੁੰਦੀ ਤਾਂ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਪੰਜਾਬ ਦੇ ਵਿੱਚ ਹੋ ਰਹੀਆਂ ਬਹੁਤ ਅੱਡ ਫਲਾਣੇ ਤੋਂ ਉਹਨੂੰ ਮਾਰਤਾ ਇਹ ਕਰਤਾ ਕੋਈ ਜੋ ਮਰਜ਼ੀ ਬੋਲਦਾ ਉਹ ਸ਼ਾਇਦ ਨਹੀਂ ਹੋਣਾ ਸੀ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਆਪਦੀ ਜ਼ਿੰਮੇਵਾਰ ਨਾ ਕਿੱਥੇ ਕਿੱਥੇ ਕਮੀ ਆ ਰਹੀ ਗਵਰਨਮੈਂਟ ਲੈਵਲ ਤੇ ਕਿਸ ਲੈਵਲ ਤੇ ਤੁਹਾਨੂੰ ਲੱਗ ਰਿਹਾ ਹੈ ਕਿ ਪ੍ਰੋਬਲਮ ਹੈ 100% ਇਟਸ ਅ ਗਵਰਨਮੈਂਟ ਲੈਵਲ ਵੀਕਨੈਸ ਆਫ ਗਵਰਨਮੈਂਟ ਪਾਰਟੀ ਦੇ ਜਿਹੜੇ ਹੈਗੇ ਨੇ ਉਹ ਅਲੱਗ-ਅਲੱਗ ਖੜੇ ਨਜ਼ਰ ਆਉਂਦੇ ਨੇ ਬਿਆਨ ਅਲੱਗ-ਅਲੱਗ ਕਿੱਥੇ ਦੱਸੋ ਕੀਰਾ ਪਿਆਣ ਲੱਗਾ ਜਿਵੇਂ ਪਿੱਛੇ ਤੇ ਚਰਨਜੀਤ ਚੰਨੀ ਦੇ ਖਿਲਾਫ ਇਨਕੁਆਰੀ ਦੀ ਗੱਲ ਹੋ ਚਾੜੀ ਹੈ ਇਨਕੁਆਰੀ ਸ਼ੁਰੂ ਹੋਈ ਹੈਗੀ ਹੈ ਤੇ ਕੋਈ ਇਸ ਤਰੀਕੇ ਦਾ ਪਾਰਟੀ ਇਕੱਠੀ ਕਿਉਂ ਨਹੀਂ ਨਜ਼ਰ ਆ ਰਹੀ ਨਹੀਂ ਕੋਈ ਇਨਕੁਆਰੀ ਸਟਾਰਟ ਹੋਈ ਐ ਅਸੀਂ ਉਹਨੂੰ ਕੰਡੈਮਨ ਕੀਤਾ ਵੀ ਆਰ ਵਿਦ ਮਿਸਟਰ ਚੰਨੀ देयर इज नो ਪ੍ਰੋਬਲਮ ਐਟ ਮਿਸਟਰ ਚੰਨੀ ਇਸ ਆਵ ਦੇ ਨਾਟ ਓਨਲੀ ਫॉर ਚੰਨੀ ਵੀ ਆਮ ਵਿਦ ਫॉर ਹਰ ਵਿਅਕਤੀ ਨਾਲ ਕਾਂਗਰਸੀ ਨਾਲ ਜਿੱਥੇ ਕੋਈ ਆਸ਼ੂ ਜੀ ਤੇ ਪਰਚਾ ਹੋਇਆ ਹੋਰ ਸਾਡੇ ਮੰਤਰੀਆਂ ਤੇ ਪਰਚਾ ਹੋਇਆ ਅਸੀਂ ਗਏ ਪੈਰਵਾਈ ਕੀਤੀ ਲੜਾਈ ਲੜ ਰਹੇ ਇੱਕ ਬੰਦਾ ਦੱਸ ਦਿਓ ਅੱਜ ਦੀ ਡੇਟ 'ਚ ਜਿਹੜਾ ਯੂਨਾਈਟਿਡ ਨਹੀਂ ਆ ਕਾਂਗਰਸ ਜਿੰਨੇ ਇਹ ਸਾਰੇ ਅਰੈਸਟ ਹੋਏ ਨੇ ਤੁਸੀਂ ਹੁਣ ਤੁਹਾਡੀ ਪਾਲਿਸੀ ਕਿਸ ਤਰੀਕੇ ਦੀ ਹੈ ਕਿ ਇਹ ਤੁਸੀਂ ਇਹਨਾਂ ਨੂੰ ਆਪਣੀ ਲੜਾਈ ਇਕੱਲਿਆਂ ਨੂੰ ਲੜਨ ਦੇ ਰਹੇ ਹੋ ਜਾਂ ਜਾਂ ਪਾਰਟੀ ਤੁਹਾਡੀ ਇਟਸ ਅ ਯੂਨਾਈਟਡ ਲੜਾਈ ਅਸੀਂ ਇਹਨਾਂ ਦੇ ਨਾਲ ਹੈ ਇਹਨਾਂ ਦਾ ਹਰ ਥਾਂ ਤੇ ਅਸੀਂ ਸਾਥ ਦੇਾਂਗੇ ਕਾਂਗਰਸ ਪਾਰਟੀ ਪਰ ਸ਼ਰਤੇ ਹੈ ਕਿ ਅਗਰ ਕੋਰਟ ਚੋਂ ਇਹ ਬਾਇਅਤ ਬਰੀ ਹੋ ਜਾਂਦੇ ਨੇ ਕੱਲ ਨੂੰ ਚਾਰजेस ਫ੍ਰੇਮ ਨਹੀਂ ਹੁੰਦੇ ਇਹਨਾਂ ਤੇ ਫਿਰ ਤਾਂ ਸਾਡੀ ਪਾਰਟੀ ਦੇ ਅਹੁਦੇਦਾਰ ਹੈ ਸਾਡੇ ਆਗੂ ਸਹਿਬਾਨ ਨੇ ਫਿਰ ਸਰਕਾਰ ਗਲਤ ਹੈ ਜਿਨ੍ਹਾਂ ਨੇ ਇਹ ਮੁਕਦਮੇ ਦਿੱਤੇ ਅਗਰ ਚਾਰजेस ਫਰੇਮ ਹੋ ਜਾਂਦੇ ਨੇ ਔਰ ਇਹ ਗੁਨੇਗਾਰ ਸਾਬਤ ਹੋ ਜਾਂਦੇ ਆ ਫਿਰ ਸਾਡਾ ਇਸ ਇਹਨਾਂ ਨਾਲ ਕੋਈ ਵਾਸਤਾ ਨਹੀਂ ਰਹੇਗਾ ਚਰਨੀ ਚੰਨੀ ਦੇ ਖਿਲਾਫ ਜਿਹੜੀ ਵਿਜੀਲੈਂਸ ਇਨਕੁਆਇਰੀ ਦੀ ਗੱਲ ਹੋ ਰਹੀ ਜਿਹੜੇ ਅਲੀਗੇਸ਼ਨ ਲੱਗ ਰਹੇ ਆ ਵਾਟ ਡੂ ਯੂ ਮੇਕ ਆਊਟ ਆਫ ਇਟ ਉਹਦੇ ਉਹਦੇ ਬਾਰੇ ਤੁਹਾਨੂੰ ਕੀ ਦੇਖਦਾ ਤੁਸੀਂ ਦੇਖੋ ਹਜੇ ਤੱਕ ਤਾਂ ਮੈਨੂੰ ਕੁਝ ਲੱਗਿਆ ਨਹੀਂ ਉਹਨਾਂ ਦੇ ਆਹ ਕੀ ਖਾਣੇ ਦਾ ਗੱਲ ਕੀਤੀ ਹੈ ਹੁਣ ਮੈਨੂੰ ਇਹ ਦੱਸੋ ਕਿ ਚੀਫ ਮਿਨਿਸਟਰ ਨੂੰ ਇਹ ਪਤਾ ਹੈ ਕਿ ਮੇਰਾ ਖਾਣਾ ਕਿੱਥੋਂ ਆਦਾ ਹੈ ਚੀਫ ਮਿਨਿਸਟਰ ਕੋਲੇ ਤਾਂ ਹੋਰ ਹੀ ਕੰਮਾਂ ਦੀ ਫੁਰਤੀ ਨਹੀਂ ਮੈਨੂੰ ਨਹੀਂ ਪਤਾ ਮੇਰਾ ਖਾਣਾ ਮੇਰੀ ਘਰ ਵਾਲੀ ਕਿੱਥੋਂ ਬਣਾ ਕੇ ਲਿਆਉਂਦੀ ਹੈ ਕੌਣ ਸਾਡੇ ਘਰੇ ਖਾਣਾ ਦਿੰਦਾ ਕਿੱਥੋਂ ਵੈਂਡਰ ਹੈ ਕਿੱਥੋਂ ਸਬਜ਼ੀ ਲਈ ਜਾਂਦੀ ਹੈ ਆਈ ਡੋਨਟ ਨੋ ਦੈਟ ਐਂਡ ਚੀਫ ਮਿਨਿਸਟਰ ਕੋਲੇ ਹੋਰ ਕਾਰਜ ਬੜੇ ਆ ਉਹ ਤਾਂ ਪ੍ਰੋਟੋਕਾਲ ਆਫੀਸਰ ਹੁੰਦੇ ਉਹਨਾਂ ਨੇ ਦੇਖਣਾ ਹੈ ਖਾਣਾ ਕਿੱਥੋਂ ਆ ਰਿਹਾ ਕੌਣ ਲਿਆ ਰਿਹਾ ਕੀ ਉਹਦੀ ਕੋਸਟਿੰਗ ਹੈ ਕੀ ਨਹੀਂ ਕੋਸਟਿੰਗ ਇਹ ਚੀਫ ਮਿਨਿਸਟਰ ਦੀ ਜੌਬ ਹੀ ਨਹੀਂ ਹੈ ਸੋ ਮੈਨੂੰ ਲੱਗਦਾ ਇਹੋ ਜਿਹੇ ਛੋਟੀਆਂ ਗੱਲਾਂ ਦੇ ਵਿੱਚ ਸਰਕਾਰਾਂ ਨੂੰ ਨਹੀਂ ਪੈਣੀਆਂ ਚਾਹੀਦੀਆਂ ਇਫ देयर ਇਜ਼ ਸਮਥਿੰਗ ਕੋਈ ਲੱਗਦਾ ਹੈ ਤੁਹਾਡੇ ਕੋ ਬਥੇਰੇ ਸਾਡੀਆਂ ਹੋਰ ਖਰਚੇ ਐ ਹੁਣ ਦਿੱਲੀ ਮਾਨ ਸਾਹਿਬ ਜਾਂਦੇ ਉੱਥੇ ਖਰਚਾ ਹੋਊਗਾ ਗੁਜਰਾਤ ਜਾਂਦੇ ਉੱਥੇ ਬੜਾ ਖਰਚਾ ਹੋਇਆ ਹੋਊਗਾ ਸੋ ਇਟਸ ਐਵਰੀਥਿੰਗ ਇਜ਼ ਇਨ ਪ੍ਰੋਟੋਕਾਲ ਪਪਾ ਤਾਂ ਰੇਵੰਦੀ ਦੀ ਗੱਲ ਕਰ ਰਹੇ ਸੀ ਪਾਰਟੀ ਕਾਂਗਰਸ ਪਾਰਟੀ ਦੇ ਵਿੱਚ ਇਹ ਵੀ ਇੱਕ ਪਰਸੈਪਸ਼ਨ ਹੈਗੀ ਕਿ ਜੋ ਲੋਕ ਨਵਜੋਤ ਸਿੰਘ ਸਿੱਧੂ ਜੋ ਜੇਲ੍ਹ ਦੇ ਵਿੱਚ ਨੇ ਕਿ ਜਿਹੜੇ ਲੋਕ ਉਹਨਾਂ ਨੂੰ ਮਿਲਣ ਜਾ ਰਹੇ ਨੇ ਉਹ ਇੱਕ ਅਲੱਗ ਧੜੇਬੰਦੀ ਹੈ ਕਿਉਂ ਇਹ ਗੱਲ ਸੋਚ ਰਹੇ ਹੋ ਨਵਜੋਤ ਸਿੰਘ ਸਿੱਧੂ ਨੇ ਤਾਂ ਹੋ ਸਕਦਾ ਮੈਂ ਵੀ ਮਿਲਣ ਜਾਵਾਂ ਹੋ ਸਕਦਾ ਕੋਈ ਹੋਰ ਵਿਅਕਤੀ ਵੀ ਗੱਲਣ ਗਿਆ ਹੋਵੇ ਮਿਲਣ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦੇ ਨਾਲ ਕੋਈ ਟੜੇਬੰਦੀ ਨਹੀਂ ਹੋ ਸਕਦੀ ਟੜੇਬੰਦੀ ਉਦੋਂ ਹੋਏਗੀ ਜਿੱਦੇ ਕੋਈ ਵਿਅਕਤੀ ਪਾਰਟੀ ਛੱਡ ਗਿਆ ਤੇ ਉਹ ਪਾਰਟੀ ਛੱਡਣ ਦੇ ਪਾਰਟੀ ਛੱਡ ਗਿਆ ਤੇ ਉਸ ਤੋਂ ਬਾਅਦ ਉਹਰੇ ਕਾਰਜਕ੍ਰਮ 'ਚ ਕੋਈ ਵਿਅਕਤੀ ਜਾਂਦਾ ਸਟਿਲ ਇਜ਼ ਇਨ ਦਾ ਕਾਂਗਰਸ ਪਾਰਟੀ ਰਿਪੋਰਟਸ ਇਹ ਆ ਰਹੀਆਂ ਕਿ ਸ਼ਾਇਦ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਰਿਹਾਈ ਹੋ ਸਕਦੀ ਹੈ ਉਹਨਾਂ ਦੀ ਰਿਹਾਈ ਹੋ ਸਕਦੇ ਨੇ ਜੇਲ੍ਹ ਤੋਂ ਕਿਸ ਤਰੀਕੇ ਦਾ ਰੋਲ ਦੇਖਦੇ ਹਾਂ ਤੁਸੀਂ ਪਾਰਟੀ ਦੇ ਵਿੱਚ ਉਹਨਾਂ ਵਾਸਤੇ ਸੋ ਆਮ ਨਾਟ ਐਨੀਬਡੀ ਟੂ ਗਿਵ ਹਿਮ ਅ ਰੋਲ ਮੈਂ ਉਹਨਾਂ ਨੂੰ ਰੋਲ ਨਹੀਂ ਦੇ ਸਕਦਾ ਕਿਉਂਕਿ ਰੋਲ ਦੇਣਾ ਮੇਰਾ ਕੰਮ ਨਹੀਂ ਉਹ ਹਾਈ ਕਮਾਂਡ ਨੇ ਦੇਖਣਾ ਹੈ ਕਿ ਕਿਸ ਪ੍ਰਕਾਰ ਦਾ ਰੋਲ ਉਹਨਾਂ ਨੂੰ ਕੋਈ ਦੇਣਾ ਹੈ ਕਿ ਨਹੀਂ ਦੇਣਾ ਕਿੱਥੇ ਉਹਨਾਂ ਨੂੰ ਰੱਖਣਾ ਹੈ ਜਾਂ ਨਹੀਂ ਰੱਖਣਾ ਸੋ ਮੈਂ ਤਾਂ ਇਹੀ ਉਮੀਦ ਕਰਦਾ ਕਿ ਨਵਜੋਤ ਸਿੰਘ ਸਿੱਧੂ ਜਦਬਾਰ ਆਉਣਗੇ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਲਈ ਕੰਮ ਕਰਨ ਚਰਨਜੀਤ ਸਿੰਘ ਚਨੀਏ ਕਹਿੰਦੇ ਨੇ ਕਿ ਜਿਹੜੀ ਸਰਕਾਰ ਹੈਗੀ ਉਹ ਟਾਰਗੇਟ ਕਰ ਰਹੀ ਹੈ ਸ਼ਹਿਰਾਂ ਦੇ ਵਿੱਚ ਆ ਖਾਸ ਤੌਰ ਤੇ ਸ਼ਹਿਰਾਂ ਦੇ ਵਿੱਚ Hindu ਜਿਹੜੇ ਲੀਡਰਸ ਨੇ ਕੀ ਤੁਸੀਂ ਇਸ ਤਰੀਕੇ ਦਾ ਕੋਈ ਟ੍ਰੈਂਡ ਦੇਖ ਰਹੇ ਹੋ ਸਰਕਾਰ ਸਾਡੇ ਲੋਕਾਂ ਨੂੰ ਤਾਂ ਟਾਰਗੇਟ ਕਰ ਰਹੀ ਹੈ ਬੀਟ Hindu ਐਂਡ ਬੀ ਚੰਗੇ ਲੀਡਰਸ ਨੂੰ ਅਰਬਨ ਏਰੀਆ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਨਾਟ ਓਨਲੀ ਅਰਬਨ ਏਰੀਆਸ ਇਵਨ ਰੂਰਲ ਏਰੀਆਸ Hindu ਲੀਡਰਸ ਯੈਸ ਯੈਸ ਸਾਡੀ ਸਰਕਾਰ ਕੁਝ ਸਾਡੇ ਲੀਡਰਸ ਨੂੰ ਟਾਰਗੇਟ ਤਾਂ ਕਰ ਰਹੀ ਹੈ ਇਹਦਾ ਕੀ ਕਾਰਨ ਕੀ ਦੇਖਦੇ ਦੇ ਵਾਂਟ ਕਿ ਚਲੋ ਭਾਈ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਮਾਰਦੀ ਕਿਸੇ ਨਾ ਕਿਸੇ ਤਰੀਕੇ ਦੇ ਇਲਜ਼ਾਮ ਲਾ ਕੇ ਉਹਨਾਂ ਨੂੰ ਉਲਝਾ ਕੇ ਰੱਖੀ ਰਿਹਾ ਬਹੁਤ ਮੈਨੇ ਆਉਣ ਵਾਲੇ ਇਲੈਕਸ਼ਨ ਕਾਰਪੋਰੇਸ਼ਨ ਦੇ ਇਲੈਕਸ਼ਨ ਫਿਰ ਪਾਰਲੀਮੈਂਟ ਦੇ ਇਲੈਕਸ਼ਨ ਅਗਰ ਪੰਜਾਬ ਦੀ ਆਬੋ ਆਬਾ ਨੂੰ ਖਤਰਾ ਬੰਦ ਹੈ ਕੋਈ ਵਿਅਕਤੀ ਤਾਂ ਉਹਦੇ ਤੇ ਨਜ਼ਰ ਰੱਖਣੀ ਚਾਹੀਦੀ ਹੈ ਜੀਰਾ ਕੋਈ ਹੱਡ ਨਹੀਂ ਚੱਲਦਾ ਜੀਰਾ ਕੋਈ